ਅੱਛਾ ਇਹ ਤਾਂ ਅੰਗਰੇਜ਼ੀ ਵਿੱਚ ਲਿਖਿਆ ਕਰ ਇਹ ਦੇਖੋ ਨਾ ਇੱਥੇ ਵੀ ਕੁਝ ਲਿਖਿਆ ਹੋਇਆ ਲੇਕਿਨ ਮਿਟ ਗਿਆ ਅੱਛਾ ਦਰਵਾਜ਼ੇ ਵੀ ਦੇਖੋ ਹਾਂ ਉਹ ਮੈਂ ਦੇਖਦਾ ਖੜਾ ਨਾ ਇਹ ਦੇਖੋ ਇਹ ਲਿਖਿਆ ਪਿਆ ਲਿਖਿਆ ਹੋਇਆ ਗਰਲਸ ਹਾਈ ਸਕੂਲ ਅੱਛਾ ਇੱਥਾਂ ਬੋਇਜ਼ ਹਾਈ ਸਕੂਲ ਵੀ ਹੈ ਬੋਇਜ਼ ਹਾਇਰ ਸਕੂਲ ਅੱਛਾ ਤੇ ਇਹ ਰੇਲਵੇ ਇਹ ਪੁੱਲ ਨੇ ਇਹ ਜਿਹੜੇ ਪਿੰਡ ਨੇ ਬੋਇਜ਼ ਹਾਇਰ ਨਹੀਂ ਨਾ ਬੋਇਜ਼ ਇਹ ਮੈਂ ਦਰਖਤ ਦਿਖਾ ਰਿਹਾ ਵਾਂ ਨਾਜ਼ਰੀਨ ਇਹ ਦੇਖੇ ਬਹੁਤ ਪੁਰਾਣਾ ਸੀ ਇਹ ਵੀ ਸਦੀਆਂ ਪੁਰਾਣਾ ਦਰਖਤ ਪਿੱਪਲ ਦਾ ਹੈ ਨਾ ਸਰ ਮੁਲਾਜ਼ਮੀਨ ਕੀ ਜਗ੍ਹਾ ਮੁਲਾਜ਼ਮੀਨ ਦੀ ਜਗ੍ਹਾ ਇਹ ਅਸਤਬਲ ਹੁੰਦਾ ਹਾਂ ਘੋੜੇ ਵਗੈਰਾ ਤੇ ਅੱਛਾ 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 ਬੇਟੇ ਥਾਣਾ ਨੇ ਅੱਛਾ ਨਵਾਬ ਸਾਹਿਬ ਨੇ ਇਹ ਆਪਣੇ ਪੀਰ ਦੀ ਇਹਦੇ ਵਾਸਤੇ ਦਿੱਤੇ ਹਨ ਬੈਠੇ ਉਹਨਾਂ ਦੇ ਇੱਕ ਦਾ ਨਾਂ ਕਿਹਾ ਸੀ ਆਪਣਾ ਨਵਾਬ ਸਾਹਿਬ ਦਾ ਇੱਕ ਤਾਂ ਬੇਟਾ ਇੱਥੇ ਹੀ ਰਹਿੰਦਾ ਅੱਛਾ ਇਹ ਜਾ ਠੀਕ ਹੈ ਦਰਖਤ ਦੇਖਣ ਵਾਲਾ ਅਮਜਦ ਮਜੀਦ ਸੀ ਅੱਛਾ ਭਤੀਜਾ ਮੇਰਾ ਮਾਸ਼ਾਅੱਲਾ ਕੀ ਹਾਲ ਹੈ ਬੇਟਾ ਅਬਦੁਲ ਮਜੀਦ ਸਾਹਿਬ ਲੱਗ ਪਿਆਰੇ ਸੀ ਜਿਹਨੂੰ ਨਹੀਂ ਇਹ ਥਾਈ ਰਹਿ ਸੀ ਥਾਈ ਜੈ ਜੈ ਥਾਈ ਥਾਈ ਇਹ ਨਾਲ ਹੀ ਮੁਲਹਿਕ ਗਲੀ ਵਿੱਚ